एक भयानक सड़क हादसे दे विच दो लोकां दी दर्दनाक मौत हो गई है, जिथे दस्या जा रहा है कि एक कार बेकाबू होके पहलां तां डिवाइडर दे नाल टकरांदी है ते फिर नहर दे विच जा डिगदी है। इस कार दे विच चार लोग सवार सन, जिन्हां दे विच दो औरतां एक व्यक्ति अते एक बच्चा सी, जिन्हां दे विचों एक व्यक्ति ते एक औरत दी मौके ते ही मौत हो गई है, जदके बच्चे ते एक औरत नूं बाहर कढ लिया गया है। जिस थां ते हादसा वापरिया नेड़े ही पुलिस दा नाका लग्या होया सी ते जिवें ही कार नहर दे विच डिगदी है ते पुलिस मुलाजम ते कुछ राहगीरां दे वल्लों पिछे पिछे ही नहर च छाल मार दित्ती जांदी है, जिस दौरान एक बच्चे ते एक औरत नूं सुरक्षित बाहर कढ लिया जांदा है, जदके एक व्यक्ति जो कि कार चला रहा सी ते एक औरत जो कि उन्हां दी मासी दसी जा रही है, दोनों दियां लाशां मिलियां ने। यह हादसा फगवाड़ा दे नेड़े ही वापरिया है, जिथे गढ़शंकर तो जलंधर वाल नूं आ रही कार बेकाबू हो जाती है, डिवाइडर दे नाल टकरा के नहर दे विच डिग जाती है। इत्थे पुलिस मुलाजमां दी भी तारीफ की जा रही है कि जिस तरह दे नाल बहादुरी नाल उन्हां ने नहर दे विच छाल मार के बच्चे ते एक औरत नूं बचा लिया है, जबकि दो लोगों की इस दौरान मौत भी हुई है। जख्मियों नूं हस्पताल दे विच भर्ती करवाया गया है, जबकि लाशा नूं मोर्चरी घर च रखवा दिता गया है। एको परिवार दे जी सन जिन्हां दी मौत हुई है, उधर बाकी परिवार दे विच भी मातम पसरिया होया है। इंद्रजीत सिंह ने सानू कार सिंह भगवाई पिंड तो ਅਤੇ ਅੱਜ ਆਪਣੀ ਮਿਸਿਜ਼ ਹਰਪ੍ਰੀਤ ਕੌਰ ਨਾਲ, ਬੇਟਾ ਗੁਰਬਾਜ ਸਿੰਘ ਸਰਸਾ ਨਾਲ ਅਤੇ ਆਪਣੀ ਮਾਸੀ ਪਰਸ਼ੋਤਮ ਕੌਰ ਜ਼ਿਲ੍ਹੇ ਸੋਨਾ ਨਾਲ ਗੜਸ਼ੰਕਰ ਤੋਂ ਆ ਰਹੀ ਸੀ, ਜਲੰਧਰ ਜਾ ਰਹੇ ਸੀ। ਅਚਾਨਕ ਇਹਨਾਂ ਦੇ ਜਿਹੜੀ ਗੱਡੀ ਜਦੋਂ ਗੁਰੂਏ ਕੋਲ ਪਹੁੰਚੀ ਹੈ ਅਤੇ ਉਸ ਤੋਂ ਬਾਅਦ ਇੱਕਦਮ ਉਹਨਾਂ ਨੇ ਅਨਈਜ਼ੀਨੈਸ ਫੀਲ ਕੀਤਾ ਡਰਾਈਵਰ ਨੇ ਇੰਦਰਜੀਤ ਸਿੰਘ ਨੇ, ਜਿਹਦੇ ਨਾਲ ਇੱਕਦਮ ਉਹਨੂੰ ਗੱਡੀ ਦੇ ਉਹਨਾਂ ਦਾ ਕੰਟਰੋਲ ਲੂਜ਼ ਹੋ ਗਿਆ ਅਤੇ ਗੱਡੀ ਇਸ ਤਰ੍ਹਾਂ ਸਾਈਡ ਬੂਹਾ ਪਿੰਡ ਜਿਹੜਾ ਟੋਭਾ ਹੈ ਛੱਪੜ ਹੈ ਕਰ ਦੂੰਗਾ, ਉਹ ਡਿਵਾਈਡਰ ਨਾਲ ਟਕਰਾ ਕੇ ਸਾਈਡ ਵਾਲੇ ਟਕਰਾ ਕੇ ਅਤੇ ਉਹਦੇ 'ਚ ਟੋਭੇ 'ਚ ਡਿੱਗ ਪਈ ਹੈ। ਇਹ ਸੇਫਲੀ ਲੋਕਾਂ ਨੇ ਜਿਹੜੇ ਉਹਨਾਂ ਦੀ ਮਿਸਿਜ ਹੈ ਹਰਪ੍ਰੀਤ ਕੌਰ ਅਤੇ ਬੇਟਾ ਗੁਰਬਾਜ ਸਿੰਘ ਨੂੰ ਸੇਫਲੀ ਇਵੈਕੂਏਟ ਕਰ ਲਿਆ ਪਿੱਛੋਂ, ਅਤੇ ਜਿਹੜੇ ਇੰਦਰਜੀਤ ਸਿੰਘ ਅਤੇ ਉਹਨਾਂ ਦੀ ਮਾਸੀ ਹੈ ਉਹਨਾਂ ਦੀ ਬੋਡੀ ਵੀ ਥੋੜ੍ਹੀ ਦੇਰ ਬਾਅਦ ਸਹਿਯੋਗ ਨਾਲ ਬਾਹਰ ਕੱਢ ਲਈ ਗਈ ਹੈ, ਜੋ ਕਿ ਹੁਣ ਦੁਬਾਰਾ ਸ਼ਿਫਟ ਕੀਤੀ ਗਈ। ਜਿਹੜੇ ਦੋਨਾਂ ਉਹਨਾਂ ਦੇ ਕੀ ਹਾਲ ਉਹ ਬਿਲਕੁਲ ਠੀਕ ਨੇ, ਬੇਟੇ ਦੇ ਥੋੜ੍ਹਾ ਜਿਹਾ ਅੱਖ ਅਤੇ ਮਾਈਨਰ ਜਿਹੜੇ ਜਿਹੜੇ ਹੋਸਪਿਟਲ ਕੀਤੇ ਆ, ਜਿਹੜੇ ਹੋਸਪਿਟਲ ਉਹਨਾਂ ਦਾ ਹਜੇ ਸ਼ਿਫਟ ਕੀਤੇ ਨੇ, ਮੈਂ ਉਹਨਾਂ ਦਾ ਰੀਜ਼ਨ ਵੀ ਰਿਹਾ ਕਿ ਇੱਕਦਮ ਉਹ ਗੱਡੀ ਹੋ ਜਾ ਕੇ ਜਿਹੜੇ ਮਿਸਿਜ ਨੇ ਹਰਪ੍ਰੀਤ ਕੌਰ ਨੇ ਦੱਸਿਆ ਕਿ ਅਨਈਜ਼ੀਨੈਸ ਫੀਲ ਹੋਈ ਹੈ, ਜਿਵੇਂ ਹਾਲ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਨਹੀਂ। ਇਹ ਵੀ ਕਾਰਨ ਮੰਨਿਆ ਜਾ ਰਿਹਾ ਵੀ ਟੋਲ ਪਲਾਜ਼ਾ ਨੇੜੇ ਆ, ਰਿਕਵਰੀ ਵੈਨ ਇੱਕਦਮ ਨਹੀਂ ਆਈ, ਐਂਬੂਲੈਂਸ ਬੜੀ ਲੇਟ ਆਈ ਹੈ। ਰਿਕਵਰੀ ਵੈਨ ਇੱਕਦਮ ਸਾਡੇ ਨਾਲ ਹੀ ਸੀਗੀ, ਰਿਕਵਰੀ ਵੈਨ ਥੋੜ੍ਹਾ ਟ੍ਰੈਫਿਕ ਦਾ ਜਾਮ ਲੱਗ ਗਿਆ ਗੱਡੀ ਦਾ, ਅਤੇ ਉਹਦੇ ਕਰਕੇ ਰਿਕਵਰੀ ਵੈਨ ਥੋੜ੍ਹੀ ਉਦੋਂ ਬਾਅਦ ਜਦੋਂ ਖੋਲ੍ਹੀ ਉਸ ਤੋਂ ਬਾਅਦ ਹੀ ਰਿਕਵਰੀ ਵੈਨ ਅੱਗੇ ਪਹੁੰਚ ਸਕੀ। ਪਹਿਲਾਂ ਪਿੰਡ ਵਾਲੇ ਟਰੈਕਟਰ ਨਾਲ ਕੋਸ਼ਿਸ਼ ਕਰ ਰਹੇ ਸੀ, ਬਟ ਟਰੈਕਟਰ ਨਾਲ ਗੱਲ ਨਹੀਂ ਸੀ। ਉੱਥੇ ਇੱਕ ਗੱਡੀ ਵਿੱਚ ਵੜ ਗਈ, ਸਾਡੇ ਬਹੁਤ ਸੁਣੇ ਅਤੇ ਅਸੀਂ ਭੱਜ ਕੇ ਗਏ ਗੱਡੀ ਵਿੱਚ ਕੁਛ ਨਹੀਂ। ਅੱਛਾ ਜੀ, ਅਤੇ ਮੈਂ ਤੈਨੂੰ ਪਬਲਿਕ ਨੇ ਨਿਸ਼ਾਨਾ ਮਾਰ ਕੇ ਵਿੱਚ ਲੱਗੇ, ਦੋ ਬੱਚੇ ਬਚਾ ਲਏ ਆ। ਅੱਛਾ ਜੀ, ਉਸ ਵੇਲੇ ਜਿੰਦਾ ਕੱਢੇ ਆ ਅਤੇ ਫਿਰ ਟੋਟਲ ਕਿੰਨੇ ਸੀ ਉਹ ਗੱਡੀ ਦੇ ਵਿੱਚ ਲੋਕ? ਚਾਰ ਹੈ ਜੀ ਹਾਲੇ ਤਾਂ ਗੱਡੀ, ਹਾਲੇ ਅਸੀਂ ਇਹਨਾਂ ਨੂੰ ਲੈ ਕੇ ਆ ਗੱਡੀ 'ਚੋਂ ਚਾਰ ਹੀ ਪਏ ਆ। ਅੱਛਾ ਜੀ, ਵਿੱਚ ਹੋ ਰਹਿ ਗਿਆ ਤੁਸੀਂ ਉੱਥੇ ਜਿਹੜਾ ਇੱਕ ਨਾਕਾ, ਉਹ ਤੋਂ ਨਾਕੇ ਤੇ ਮਿਲੂ ਸੀ? ਅੱਛਾ ਜੀ, ਇਹ ਗੱਡੀ ਕਿੱਧਰੋਂ ਆ ਰਹੀ ਸੀ? ਇਹ ਉਧਰਲੀ ਸਾਈਡ ਤੋਂ ਆ ਰਹੀ ਸੀ, ਚੰਡੀਗੜ੍ਹ ਦੀ ਸਾਈਡ। ਅੱਛਾ, ਕੀ ਮਾਮ, ਅੱਛਾ ਕਿੱਦਾਂ, ਮਤਲਬ ਬੇਕਾਬੂ ਹੋ ਗਏ ਕੀ ਲੱਗਾ ਕੋਈ ਸਾਈਡ ਸੋਲ? ਹਜੇ ਕੁਛ ਨਹੀਂ ਪਤਾ ਜੀ। ਅੱਛਾ ਵੀ, ਤੁਸੀਂ ਡਿਊਟੀ 'ਤੇ ਫਟਾਫਟ ਪਾਣੀ ਜਾ ਵੜਿਆ ਜੀ? ਆਪਾਂ ਜਾਣੀ ਕਿ ਵੜ ਗਏ ਆ, ਉਹ ਤੋਂ ਕੱਢ ਕੇ ਸਿੱਧਾ ਇੱਧਰ ਨੂੰ ਲੈ ਆਉਂਦੇ। ਅੱਛਾ ਜੀ, ਅਤੇ ਬਾਕੀ ਹੁਣ ਉੱਥੇ ਜਾ ਕੇ ਇਹ ਕੌਣ ਕੌਣ ਇਹਨਾਂ ਦੀ ਕਿੱਦਾਂ ਕੰਡੀਸ਼ਨ ਕਿੱਦਾਂ ਇਹਨਾਂ ਦੀ ਕਹਿੰਦੇ? ਸਰ ਜੀ ਡਾਕਟਰ ਸਾਹਿਬ ਤਾਂ ਡੈਡ ਤਰ੍ਹਾਂ ਡੈਡ ਦੋਨੇ ਹੀ? ਹਾਂਜੀ ਦੋਨੋਂ। ਅਤੇ ਬੱਚੇ ਕਿ? ਬੱਚਾ ਇੱਕ ਛੋਟਾ ਜਿਹਾ ਬੱਚਾ ਸੀ, ਮੇਬੀ ਨੀਅਰ ਅਬਾਊਟ 9 ਸਾਲ ਦਾ, ਉਹ ਛੋਟਾ ਹੈਗਾ ਸਰ। ਕਿ ਬੇਟੀ ਨੇ ਬੜਾ ਅਸ਼ੋਕ ਮਾ ਜੀ, ਕਿੰਨਾ ਟਾਈਮ ਲੱਗਾ ਉੱਥੇ ਕੱਢਣ ਨੂੰ ਇਹਨਾਂ ਨੂੰ? ਹਾਂ ਜੀ, ਦੇਖ ਲਓ ਹੁਣ ਅਸੀਂ 50-70 ਮਿੰਟ ਹੁਣ ਕੱਢ ਕੇ ਲਏ, ਤਾਂ ਉਦੋਂ ਤੱਕ ਬਹੁਤ ਟਾਈਮ ਲੱਗਾ ਗੱਡੀ ਕੱਢਣ ਨੂੰ। ਕਰੀਨ ਆਈ ਕਾਫੀ
ਕਾਫੀ ਕਰਦੇ ਰਹੇ ਸੰਘਰਸ਼ ਪਿੰਡ ਵਾਲੇ ਚਲੋ ਬਹੁਤ ਵਧੀਆ ਕੰਮ ਕੀਤਾ ਤੁਹਾਡਾ ਜੀ ਪੱਤਰਕਾਰ ਵੀ ਕਹਿ ਸਕਦਾ ਤੁਹਾਨੂੰ ਬਹੁਤ ਵਧੀਆ ਤੁਸੀਂ ਪੂਰੇ ਗਿੱਲੇ ਪਏ ਇਸ ਟਾਈਮ ਕੰਬਦੇ ਪਏ ਆ ਬਹੁਤ ਵਧੀਆ ਕੀ ਕਹਿਣਾ ਚਾਹੁੰਦੇ ਆਮ ਜਿਹੜੇ ਹੋਰ ਮੁਲਾਜ਼ਮ ਵੀ ਕਿੱਦਾਂ ਦੀ ਡਿਊਟੀ ਕਰਨੀ ਚਾਹੀਦੀ ਆ ਸਰ ਮੁਲਾਜ਼ਮ ਸਾਰੇ ਵਧੀਆ ਡਿਊਟੀ ਕਰ ਰਹੇ ਜੀ